ਉਹ ਕਿੱਦਾਂ ਜੱਸੀ? ਬਾ ਵਧੀਆ ਯਾਰ। ਕੀ ਹੋਇਆ? ਬੜਾ ਉਦਾਸ ਆ ਯਾਰ। ਕੀ ਦੱਸਾਂ ਮੈਂ ਨਾ, ਫੌਜ ਦੀ ਭਰਤੀ ਭਰੀ ਸੀ। ਅੱਛਾ, ਫੇਰ ਕੀ ਬਣਿਆ? ਕੁਛ ਵੀ ਨਹੀਂ ਯਾਰ, ਉਹਨਾਂ ਨੇ ਕੱਢਤਾ। ਕਿਉਂ, ਕੀ ਗੱਲ ਹੋ ਗਈ ਯਾਰ? ਕੱਦ ਹੀ ਹੈ ਨਹੀਂ। ਕਾਸ਼ ਮੇਰਾ ਵੀ ਕੱਦ ਤੇਰੇ ਜਿੱਡਾ ਹੁੰਦਾ ਯਾਰ। ਕੋਈ ਨਾ, ਇੱਦਾਂ ਨਹੀਂ ਸੋਚੀਦਾ ਯਾਰ, ਜਿੱਦਾਂ ਵੀ ਆ ਠੀਕ ਆ, ਇੰਨਾ ਨਹੀਂ ਸੋਚੀਦਾ ਹੁੰਦਾ। ਪਰ ਯਾਰ ਨੌਕਰੀ ਤੇ ਗਈ ਨਾ ਹੱਥੋਂ। ਕੋਈ ਨਾ, ਹੋਰ ਮਿਲ ਜੂ ਯਾਰ, ਟੈਨਸ਼ਨ ਨਾ ਲਿਆ ਕਰ। ਓ ਗੋਡ, ਇੰਨੀ ਐਕਸਰਸਾਈਜ਼ ਕਰਨ ਦੇ ਬਾਵਜੂਦ ਵੀ ਮੇਰਾ ਵੇਟ ਲੂਜ਼ ਨਹੀਂ ਹੋ ਰਿਹਾ। ਕਾਸ਼ ਰੱਬਾ ਮੇਰਾ ਥੋੜਾ ਜਿਹਾ ਵੇਟ ਹੋਰ ਲੂਜ਼ ਹੋ ਜਾਵੇ। ਬਸ ਮੇਰੀ ਵੀ ਤੇਰੇ ਵਰਗੀ ਬੋਡੀ ਬਣ ਜੇ, ਫਿਰ ਆਫਟਰ ਹੋ ਜਾਣੀ ਹੈ। ਦੇਖੀ ਜਾਈ ਫਿਰ, ਪਤਾ ਨਹੀਂ ਕਦੋਂ ਬਣੂਗੀ ਯਾਰ ਮੇਰੀ ਇੰਨੀ ਬੋਡੀ। ਫਿਰ ਹੀ ਤਸੱਲੀ ਮਿਲੀ ਸਰੀਰ ਨੂੰ। ਜੱਸੇ, ਹੋਰ ਦਵਾਈ ਖਾ ਲਾ ਯਾਰ। ਕੀ ਫਾਇਦਾ ਦਵਾਈਆਂ ਦਵਾਈਆਂ ਦਾ ਤੈਨੂੰ? ਤੈਨੂੰ ਡਾਕਟਰ ਨੇ ਯਾਰ ਜਵਾਬ ਦੇ ਦਿੱਤਾ, 3-4 ਮਹੀਨੇ ਮੇਰੇ ਕੋਲ ਰਹਿ ਗਏ ਸਾਰੇ। ਚੱਲ ਕੋਈ ਨਾ ਮੇਰਾ ਵੀਰ, ਫੜ ਕਾਸ਼ ਰੱਬ ਕਿਤੇ ਮੈਨੂੰ ਥੋੜੀ ਬਹੁਤੀ ਤੰਦਰੁਸਤੀ ਜ਼ਿੰਦਗੀ ਹੋ। ਹਿੰਮਤ ਨਹੀਂ ਛੱਡੀ ਦੀ ਯਾਰ, ਛੱਡ ਤੂੰ ਖਾ। ਇਹਨਾਂ ਦਾ ਕੀ ਫਾਇਦਾ ਯਾਰ, ਛੱਡ ਯਾਰ ਛੱਡ। ਨਹੀਂ ਯਾਰ, ਹੁਣ ਨਹੀਂ ਖਾਣੀ ਬਸ। ਉਹ ਫੜ ਕੋਈ ਨਾ ਯਾਰ, ਮੇਰਾ ਘਰੇ ਨਾ ਖਾਣ ਦਾ ਕੀ ਦਾ? ਤੈਨੂੰ ਪਤਾ ਯਾਰ, ਰੱਬ ਨੇ ਆਕਾਸ਼, ਮੈਂ ਤਾਂ ਰੱਬ ਕੋਲੋਂ ਥੋੜ੍ਹੀ ਜਿਹੀ ਜ਼ਿੰਦਗੀ ਮੰਗੀ ਸੀ। ਜੇ ਰੱਬ ਮੈਨੂੰ ਥੋੜ੍ਹੀ ਜਿਹੀ ਹੋਰ ਜ਼ਿੰਦਗੀ ਦੇ ਦਿੰਦਾ ਤਾਂ ਵਧੀਆ ਸੀ। ਫਿਰ ਮੈਂ ਕਿਹੜਾ ਆਪਣੀ ਸਿਹਤ ਦੀ ਸ਼ਿਕਾਇਤ ਕੀਤੀ ਸੀ? ਸਿਰਫ ਰੱਬ ਕੋਲੋਂ ਤੰਦਰੁਸਤੀ ਹੀ ਮੰਗੀ ਸੀ ਯਾਰ। ਨਹੀਂ ਯਾਰ, ਕੁਝ ਨਹੀਂ ਹੋ ਸਕਦਾ ਯਾਰ।